ਕਿਓ ਭੈਣੋ ਲੰਮਾ ਟਾਈਮ ਹੋ ਗਿਆ ਤੁਹਾਨੂੰ ਉਹਨਾਂ ਗੱਲਾਂ ਸੁਣਦਿਆਂ ਨੂੰ ਜਿਹੜੀਆਂ ਹਰ ਰੋਜ਼ ਅਸੀਂ ਸਟੇਜ ਤੋਂ ਲੱਗ-ਪੱਗ ਕਰਦੇ ਆਂ ਜਿਹੜਾ ਹਿੱਸਾ ਕੱਲ ਸੀ ਉਹ ਕੱਲ ਚਲਾ ਗਿਆ ਕੱਲ ਕੁਝ ਨਵਾਂ ਹਿੱਸਾ ਆਇਆ ਹੈ ਅੱਜ ਪੰਡਾਲ ਦੇ ਵਿੱਚ ਕੁਝ ਰੌਣਕ ਵੀ ਹੈ ਕੱਲ ਨਾਲੋਂ ਜ਼ਿਆਦਾ ਹੈ ਲੰਮਾ ਸਮਾਂ ਹੋਣ ਕਰਕੇ ਸੋਨੋ ਵੀ ਸਮੱਸਿਆਵਾਂ ਤਾਂ ਆਉਂਦੀਆਂ ਹੋਣਗੀਆਂ ਕਿਉਂਕਿ ਸਾਨੂੰ ਪਤਾ ਹੈ ਕਿ ਲੰਮੇ ਸੰਘਰਸ਼ ਚਲਾਉਣੇ ਔਖੇ ਬਹੁਤ ਹੁੰਦੇ ਨੇ ਪਰ ਫਿਰ ਵੀ ਲੰਮਾ ਸੰਘਰਸ਼ ਕਰਨਾ ਕੋਈ ਸਾਡਾ ਸ਼ੌਕ ਨਹੀਂ ਸਾਡੇ ਵਸ ਦੀ ਗੱਲ ਜਦੋਂ ਆਹ ਸਟੇਜ ਦੇ ਉੱਤੋਂ ਅਸੀਂ ਤੁਹਾਡੇ ਨਾਲ ਭਾਸ਼ਣ ਕਰਦੇ ਆ ਗੱਲਾਂ ਕਰਦੇ ਆ ਅਸੀਂ ਜਦੋਂ ਐਂ ਗਿਣਾਉਨੇ ਆ ਵੀ ਯਾਰ ਇੰਨੇ ਸ਼ਰਮਾਏਦਾਰ ਇੰਨੇ ਸ਼ਰਮਾਏਦਾਰ ਹੋ ਗਏ ਉਹਨਾਂ ਨੇ ਇੰਨਾ ਪੈਸਾ ਇਕੱਠਾ ਕਰ ਲਿਆ ਧੰਨ ਇਧਰ ਚੋਰੀ ਹੋ ਗਿਆ ਇਧਰ ਚੋਰੀ ਹੋ ਗਿਆ ਉਹ ਦੇਸ਼ ਇੰਨਾ ਅਮੀਰ ਹੋ ਗਿਆ ਉਹ ਦੇਸ਼ ਇੰਨਾ ਗਰੀਬ ਹੋ ਗਿਆ ਕਈ ਵਾਰੀ ਇਹ ਸਵਾਲ ਉੱਠਦੇ ਹੋਣਗੇ ਵੀ ਯਾਰ ਰੌਲਾ ਤਾਂ ਕਾਨੂੰਨਾਂ ਦਾ ਹੈ ਕਹੀ ਜਾਂਦੇ ਨੇ ਇਹ ਵੀ ਆਹ ਧੰਨ ਨੇ ਇੰਨਾ ਇਕੱਠਾ ਕਰ ਲਿਆ ਨੇ ਇੰਨਾ ਇਕੱਠਾ ਕਰ ਲਿਆ ਇਹ ਗੱਲ ਦਾ ਸਾਨੂੰ ਭਲਾ ਕੀ ਫਾਇਦਾ ਹੁਣ ਅਸਲ 'ਚ ਗੱਲ ਫਾਇਦੇ ਦੀ ਇਹ ਗੱਲ ਕਰਨੀ ਹੈ ਜੇ ਇਹ ਕਾਨੂੰਨ ਵਾਪਸ ਵੀ ਹੋ ਜਾਣਾ ਜਿਹੜੇ ਅਸੀਂ ਲੋਕਾਂ ਪਿੰਡਾਂ 'ਚ ਬਸਦੇ ਲੋਕ ਜਿਨ੍ਹਾਂ ਦੇ ਵਿੱਚ ਮੈਂ ਵੀ ਆ ਸਾਡਾ ਇੱਕ ਅਹਿਆ ਜਿਹਾ ਏਡਾ ਵੱਡਾ ਹਿੱਸਾ ਕਿਸਾਨੀ ਦਾ ਜਿਹਦੀ ਸਰਕਾਰੀ ਖਰੀਦ ਹੋਣ ਨਾਲ ਵੀ ਸਾਰੀਆਂ ਜਿੰਸਾਂ ਜੇ ਸਰਕਾਰੀ ਰੇਟ ਤੇ ਖਰੀਦੀਆਂ ਜਾਣ ਤੇ ਸਰਕਾਰੀ ਭਾਅ ਵੀ ਮਿਲ ਜੇ। ਸੁਆਮੀਨਾਥ ਸਿੰਘ ਦੀ ਰਿਪੋਰਟ ਵੀ ਲਾਗੂ ਹੋ ਜੇ। ਤਾਂ ਵੀ ਸਾਡੇ ਵਿੱਚ ਇਹੋ ਜਿਹਾ ਬਹੁਤ ਸਾਰਾ ਵੱਡਾ ਹਿੱਸਾ ਇਹ ਹੈ ਜਿਨ੍ਹਾਂ ਦੇ ਪਰਿਵਾਰ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਉਹਦਾ ਕਾਰਨ ਭਲਾ ਕੀ ਹੈ? ਉਹਦਾ ਕਾਰਨ ਇਹ ਹੈ ਵੀ ਬਹੁਤ ਵੱਡਾ ਹਿੱਸਾ ਇਹੋ ਜਿਹਾ ਹੈ ਜਿਦੇ ਪਰਿਵਾਰ ਦੇ ਕੋਲੇ ਗੁਜ਼ਾਰੇਯੋਗੀ ਜ਼ਮੀਨ ਹੀ ਨਹੀਂ ਹੈ। ਆਪਦੇ ਪਰਿਵਾਰ ਨੂੰ ਪਾਲਣ ਖਾਤਰ ਖੇਤੀ ਦੇ ਸੰਦ ਸੰਦੋੜੇ ਦੇ ਬਣੇ ਹੋਏ ਨੇ ਉਹਨੂੰ ਜ਼ਮੀਨ ਹੋਰ ਕਿਸੇ ਤੋਂ ਠੇਕੇ ਚਕੋਤੇ ਤੇ ਹਿੱਸੇ ਤੇ ਕਿਵੇਂ ਨਾ ਕਿਵੇਂ ਲੈਣੀ ਪੈਂਦੀ ਹੈ ਬਹੁਤ ਵੱਡਾ ਹਿੱਸਾ ਹੋ ਹੈ ਤੇ ਜੇ ਉਹਨਾਂ ਤੇ ਇੱਕ ਵਾਰੀ ਕੁਦਰਤੀ ਮਾਰ ਪੈ ਜੇ ਤਾਂ ਉਹਨੂੰ ਆਪਦੀ ਜਿਹੜੀ 4-5 ਕਨਾਲ ਜ਼ਮੀਨ ਹੁੰਦੀ ਆ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਹਿੱਸਾ ਵੇਚਣਾ ਪੈਂਦਾ ਇਸ ਕਰਕੇ ਪੰਜਾਬ ਦੇ ਵਿੱਚੋਂ ਲਗਭਗ ਪਿਛਲੇ ਸਾਲਾਂ ਚ 2 ਲੱਖ ਬੰਦਾ ਸਾਰੀ ਦੀ ਸਾਰੀ ਜ਼ਮੀਨ ਵੇਚ ਕੇ ਬੇਲਾ ਹੋ ਗਿਆ ਹੁਣ ਇਸ ਕਰਕੇ ਭਲਾ ਬੇਲਾ ਕਿਉਂ ਹੋ ਗਿਆ ਹੋ ਸਕਦਾ ਕੋਈ ਹਿੱਸਾ ਉਹਦੇ ਵਿੱਚ ਹੈ ਜਿਹੜਾ ਵੀ ਹੋਵੇ ਜਿਹੜੇ ਭਾਈ ਅਮਲ ਬੈਲ ਜਾਂ ਕੋਈ ਨਸ਼ਾ ਪਤਾ ਕਰਦੇ ਹੁਣ ਤੇ ਬਹੁਤ ਵੱਡਾ ਹਿੱਸਾ ਸੁਨੂਹਾ ਜਾਂ ਨਿਕਲੂਗਾ ਜਿਹੜਾ ਨਸ਼ਿਆ ਵੀ ਕਿਸੇ ਨੇ ਕੋਈ ਨਹੀਂ ਕੀਤਾ ਮਕਾਨ ਦੀ ਸਾਰੀ ਵੀ ਨਹੀਂ ਪਾਈ ਕੋਈ ਵਿਆਹ ਵੀ ਨਹੀਂ ਕੀਤਾ ਤੇ ਸਾਰਾ ਟਬਰ ਕੰਮ ਵੀ ਕਰਦਾ ਤੇ ਜ਼ਮੀਨ ਵੀ ਚਲੀ ਗਈ ਜਿੰਨੇ ਜਦੋਂ ਫਿਰ ਇਹ ਜੇ ਕਾਰਨ ਇਹ ਜੇ ਭਾਣੇ ਆਉਂਦੇ ਨੇ ਮੂਰੇ ਫਿਰ ਸਾਡੇ ਵਾਸਤੇ ਲੜਨ ਵਾਲੇ ਵਾਸਤੇ ਸੰਘਰਸ਼ ਕਰਨ ਵਾਲੇ ਲੋਕਾਂ ਵਾਸਤੇ ਜਿਹੜੇ ਉਹਨਾਂ ਦੇ ਨਾਲੇ ਸਾਥੀ ਸੰਗੀ ਨੇ ਜਦੋਂ ਉਹਨਾਂ 'ਚ ਇਕੱਠਾ ਠਠਾ ਜਾਂਦੇ ਆ ਸਾਡੇ ਵਾਸਤੇ ਇਹ ਜ਼ਰੂਰੀ ਇਹ ਹੋ ਜਾਂਦਾ ਹੈ ਕਿਵੇਂ ਫਿਰ ਜਿਹੜਾ ਜਿਆ ਕੋਈ ਸਾਡੇ ਨਾਲ ਵਾਪਰ ਰਿਹਾ ਹੈ ਇਹ ਜਿਆ ਕੁਝ ਸਾਰੇ ਸਮਾਜ ਦੇ ਲੋਕ ਹੋਰ ਹਿੱਸਿਆਂ ਨਾਲ ਵੀ ਐਂ ਵਾਪਰਦਾ ਹੈ ਆਸੀਂ ਕੰਮ ਕਰਨ ਵਾਲੇ ਲੋਕ ਆ ਸਾਰਾ ਦਿਨ ਖੇਤਾਂ 'ਚ ਕੰਮ ਕਰਦਾ ਚਲੋ ਮੈਂ ਜੇ ਕਿਸਾਨਾਂ ਦੀ ਧਾਰਨ ਦੇਣੀ ਹੋਵੇ ਕਿਸਾਨ ਜਦੋਂ ਤੋਂ ਲੈ ਕੇ ਕੰਮ ਕਰਦਾ 6 ਮਹੀਨੇ ਤੱਕ ਨੂੰ ਖੇਤ ਦੇ ਵਿੱਚੋਂ ਇੱਕ ਥੇਲੇ ਦੀ ਆਮਦਨ ਨਹੀਂ ਹੁੰਦੀ 6 ਮਹੀਨਿਆਂ ਬਾਅਦ ਪੱਕਦੀ ਹੈ ਜਿਹੜੇ ਸਬਜ਼ੀ ਫਬਜੀ ਬੀਜਦੇ ਨੇ ਉਹਨਾਂ ਨੂੰ ਤਾਂ ਚਲ ਰੋਜ਼ ਦੀ ਰੋਜ਼ ਹੁੰਦੀ ਹੋਣੀ ਜਿਹੜੀ ਰੁਟੀਨ ਫਸਲਾਂ ਦੇ ਵਿੱਚ ਤਾਂ 6 ਮਹੀਨੇ ਕਿਸਾਨ ਖਾਲੀ ਹੱਥ ਘਰਾਂ ਨੂੰ ਮੁੜਦਾ ਹੈ ਛੇਵੇਂ ਨਵਾਂ ਜਦੋਂ ਉਹਦੀ ਵਿਖਦੀ ਹੈ ਮੰਡੀ ਆਉਂਦੀ ਹੈ ਮੰਡੀ ਚ ਪਈ ਵੀ ਰੜ ਜਾਂਦੀ ਹੈ ਉਹ ਵੀ ਉਹਦੀ ਪੱਕੀ ਹੋਈ ਤੇ ਫਸਲ ਤੇ ਕੋਈ ਆਫਤ ਪੈ ਗਈ ਮਰ ਗਈ ਉਹ ਵੀ ਉਹਦੀ ਅਗਲਾ ਜੇ ਮੱਚ ਗਈ ਤਾਂ ਵੀ ਉਹਦੀ ਜੇ ਟਿੰਡਿਆਂ ਦਾ ਭਰ ਗਿਆ ਨਰਮ ਖੜਿਆ ਨਾ ਤਾਂ ਵੀ ਉਹਦਾ ਜਨੇ ਕੁੱਲ ਜ਼ਿੰਮੇਵਾਰੀ ਸਾਰੀ ਕਿਸਾਨ ਦੀ ਉਹ ਸਾਰੀਆਂ ਮਾਰਾਂ ਤੁਹਾਡਾ ਆ ਚੱਲਦਾ ਜੇ ਹੁਣ ਇਹਨੂੰ ਇਹ ਬਚਾਉਣਾ ਹੋਵੇ ਜਿਸ ਨੂੰ ਤਾਂ ਚੱਕਣਾ ਹੋਵੇ ਜਿਹਨੂੰ ਉਤਸ਼ਾਹਤ ਕਰਨਾ ਹੋਵੇ ਜੇ ਇਹਨੂੰ ਫੁਰਸ ਐ ਦੇਖਣਾ ਹੋਵੇ ਵੀ ਖਿਲਿਆ ਹੋਇਆ ਦੇਖਣਾ ਹੋਵੇ ਤਾਂ ਫਿਰ ਸਰਕਾਰ ਕਾਦੇ ਵਾਸਤੇ ਆ ਬਾਈ ਸਰਕਾਰ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਆ ਸਾਡਾ ਰੌਲਾ ਵੀ ਅਸੀਂ 6 ਮਹੀਨੇ ਹੱਥਾਂ ਨਾਲ ਕੰਮ ਕੀਤਾ ਨਰਮਾ ਗੋਡਿਆ ਬੀਜਿਆ ਪਾਣੀ ਲਾਇਆ ਫੜ ਤੱਕ ਲਿਆਂਦਾ ਜਿਉ ਖਿੜਿਆ ਨਹੀਂ ਜਿਉ ਤੇ ਸੂੰਢੀ ਜਾਵੜੀ ਜਿਉ ਟਿੰਡੇ ਮੁੜ ਕੇ ਖੁੱਲੀ ਨਹੀਂ ਇਹ ਬਈ ਸਾਡਾ ਕੀ ਕਸੂਰ ਐ ਐਸ ਗੱਲ ਦੀ ਲੜਾਈ ਐ ਸਾਡੀ ਐਸ ਗੱਲ ਦੀ ਲੜਾਈ ਤੇ ਫੇਰ ਜੇ ਇੱਥੇ ਨੁਕਸਾਨ ਹੋ ਗਿਆ ਸੀ ਮਾਮਜਾ ਮੰਗਦੇ ਸਾਨੂੰ ਮਾਮਜਾ ਦੇਣ ਨੂੰ ਤਿਆਰ ਨਹੀਂ ਸਰਕਾਰ ਕਰੇ ਵਾਖੇ ਕਰਨ ਕਰਨ ਦੇ ਖੇਤਾਂ 'ਚ ਤੁਸੀਂ ਆਮ ਦੇਖਦੇ ਹੋ ਪੱਕੀ ਕਣਕ ਦੇ ਕਿੰਨੇ ਛੱਡ ਜਾਂਦੇ ਨੇ ਸਾਰੇ ਦੇ ਸਾਰੇ ਤਿੱਲਾ ਵੀ ਨਹੀਂ ਬਚਦਾ ਉਹਦੇ ਚ ਸਭ ਨੂੰ ਪਤਾ ਵੀ 100% ਨੁਕਸਾਨ ਹੋ ਗਿਆ ਇਹਨੂੰ ਇਹ ਜੇ ਇੱਕ ਤਿਲਕਾ ਟਣਕਾ ਵੀ ਨਹੀਂ ਬਚਿਆ ਕੀ 100% ਮਾਮਜੇ ਤੋਂ ਸਰਕਾਰ ਨੂੰ ਮੂੰਹ ਘੁਮਾਉਣਾ ਚਾਹੀਦਾ ਜਿਹਦੇ ਤੂੜੀ ਵੀ ਨਹੀਂ ਰਹੀ ਤਣਕ ਦਾਣਾ ਵੀ ਨਹੀਂ ਬਚਿਆ कमाई ਧਮਾਈ ਕਰਨ ਤੋਂ ਬਾਅਦ ਫਿਰ ਕਹਿ ਦਿੰਦੇ ਨੇ ਵੀ 5000 ਰੁਪਇਆ ਕਿਲੇ ਦਾ ਮਾਮਜ਼ਾ ਦੇ ਦਾਂਗੇ ਬਚੂਗਾ ਕਿ ਮੈਂ ਕਿਸਾਨ ਐਨਾ ਗੱਲਾਂ ਦਾ ਰੌਲਾ ਇਸ ਗੱਲ ਦਾ ਰੌਲਾ ਵੀ ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਗੁਜ਼ਾਰਾ ਕਦੋਂ ਨਹੀਂ ਹੁੰਦਾ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪੈਸੇ ਕਿਸੇ ਤੋਂ ਕਿਉਂ ਫੜਨੇ ਪੈਂਦੇ ਨੇ ਕਾਨੂੰਨਾਂ ਦਾ ਰੌਲਾ ਨਹੀਂ ਬਾਈ ਐਸ ਗੱਲ ਦਾ ਰੌਲਾ ਹੈ ਜਿਹੜੀ ਸਰਕਾਰ ਨੂੰ ਆਪਾਂ ਇਹ ਕਹ ਦਿੰਦੇ ਆ ਵੀ ਯਾਰ ਸਾਡੀ ਇਹ ਬਣਾਈ ਹੋਈ ਸਰਕਾਰ ਹੈ ਅਸੀਂ ਇਹ ਚੁਣਦੇ ਆ ਇਹ ਤਾਂ ਠੀਕ ਗੱਲ ਹੈ ਤਕਨੀਕੀ ਤੌਰ ਤੇ ਕਹਿ ਸਕਦੇ ਹਾਂ ਵੀ ਆਪਣੀਆਂ ਪਰਚੇ ਨਾਲ ਹੀ ਸਰਕਾਰ ਬਣਦੀ ਹੈ ਸਾੜੀਏ ਚੁਣੀ ਹੋਈ ਐ ਫਿਰ ਜਿਹੜੀ ਸਾਡੀ ਬਣਾਈ ਹੋਈ ਸਰਕਾਰ ਐ ਉਹ ਸਾਡੇ ਵਾਸਤੇ ਕੰਮ ਨਹੀਂ ਕਰਦੀ ਤਾਂ ਪੁੱਛੂਗਾ ਕੌਣ ਉਹਨੂੰ ਕੋਈ ਹੈ ਪੁੱਛਣ ਵਾਲਾ ਅਖਬਾਰਾਂ ਛਪਦੀਆਂ ਨੇ ਸਰਕਾਰ ਦੀ ਰਿਪੋਰਟ ਐ ਸਰਕਾਰ ਦੀ ਸਰਕਾਰ ਇਹ ਕਹਿੰਦੀ ਐ ਵੀ ਹਿੰਦੁਸਤਾਨ ਦੇ ਵਿੱਚ 40% ਤੋਂ ਉੱਤੇ ਲੋਕ ਉਹ ਨੇ ਜਿਨ੍ਹਾਂ ਦੀ 1 ਮਹੀਨੇ ਦੀ 3000 ਰੁਪਇਆ ਆਮਦਨ ਹੈ ਜਿਹੜੀ 100 ਰੁਪਇਆ ਰੋਜ਼ ਦੀ ਆਮਦਨ ਹੈ ਇਹ ਪਰਸੈਂਟ 40% ਤੋਂ ਉੱਤੇ ਲੋਕ ਨੇ ਜਿਨ੍ਹਾਂ ਦੀ 100 ਰੁਪਇਆ ਰੋਜ਼ ਦੀ ਆਮਦਨ ਹੈ ਤੇ ਇਹਾ ਜੇ ਪਰਿਵਾਰ ਨੇ ਇੱਥੇ ਜਿਨ੍ਹਾਂ ਦੀ 100 ਕਰੋੜ ਰੋਜ਼ ਦੀ ਆਮਦਨ ਹੈ ਜੰਮੇ ਉਹ ਵੀ ਭਾਰਤ ਚ ਨੇ ਵੋਟ ਉਹਨਾਂ ਦੀ ਵੀ ਇੱਕੋ ਹੀ ਪੈਂਦੀ ਹੈ ਵੋਟ ਸੋਡੀ ਵੀ ਇੱਕੋ ਹੀ ਪੈਂਦੀ ਹੈ ਜਿਨ੍ਹਾਂ ਦੀ 100 ਕਰੋੜ ਆਮਦਨ ਹੈ ਇੱਕ ਦਿਨ ਦੀ ਉਹਨਾਂ ਨੇ ਸਾਰੇ ਦਿਨ ਚ ਡੱਕਾ ਨਹੀਂ ਤੋੜਨਾ ਜਿਨ੍ਹਾਂ ਦੀ 100 ਰੁਪਿਆ ਆਮਦਨ ਹੈ ਰੋਜ਼ ਦੀ ਉਹਨਾਂ ਨੂੰ ਕਦੇ ਕੰਮ ਮਿਲ ਗਿਆ ਕਦੇ ਨਾ ਮਿਲ ਗਿਆ ਕਦੇ ਖੇਤ ਗਏ ਖਾਲੀ ਮੁੜੇ ਕਦੇ ਕੰਮ ਹੀ ਨਹੀਂ ਮਿਲਦਾ ਜੇ ਮਿਲਦਾ ਹੈ ਲਗਾਤਾਰ ਮਹੀਨਾ ਕੰਮ ਮਿਲ ਗਿਆ ਤਾਂ ਇਹੀ ਜੀ ਆਪ ਤੌਂਦੀ ਹੈ ਤਿੰਨ ਮਹੀਨਿਆਂ ਦੀ ਮੰਗ ਲਈ ਕਹਾਂ ਵਾਲੀ ਦਿਹਾੜੀ ਵੀ ਖਾ ਜਾਂਦਾ ਆਹ ਜਿਹੜੀ ਕਾਣੀ ਵੰਡ ਐ ਇਹਨੂੰ ਕੌਣ ਪੂਰਾ ਕਰੂਗਾ ਇਹ ਖਾਤ ਨੂੰ ਕਿਵੇਂ ਹੂੰ ਕਾਣੀ ਵੰਡ ਆਹੀ ਰੋਲਾ ਸੀ ਨਾ ਭਾਈ ਬਾਬੇ ਨਾਨਕ ਦਾ ਕਿ ਕਿਰਤ ਕਰੋ ਵੰਡ ਕੇ ਖਾਓ ਭਾਈ ਮਾਲਕ ਭਾਗੋ ਤੇ ਭਾਈ ਲਾਲੋ ਦੇ ਵਿੱਚ ਉਹਨੇ ਤਾਂ ਹੀ ਨਖੇੜਾ ਕੀਤਾ ਸੀ ਨਾ ਭਾਈ ਵੀ ਮਾਲਕ ਭਾਗੋ ਲੋਕਾਂ ਦਾ ਖੂਨ ਚੂਸਦੇ ਨੇ ਭਾਈ ਲਾਲੋ ਕਿਰਤ ਕਰਦੇ ਨੇ ਇਹੀ ਗੱਲ ਭਗਤ ਸਿੰਘ ਕਹਿੰਦਾ ਸੀ ਵੀ ਜਦੋਂ ਐਡੀ ਵੱਡੀ ਬੇਇਨਸਾਫੀ ਹੈ ਐਡਾ ਵੱਡਾ ਫਰਕ ਹੈ ਤਾਂ ਪਹਿਲਾਂ ਰੌਲਾ ਕਿਵੇਂ ਨਹੀਂ ਪਊਗਾ ਜੇ ਘਰ ਦੇ ਵਿੱਚ ਦੋ ਬੱਚੇ ਹੋਣ ਇੱਕ ਦਾ ਇੱਕ ਜੋੜਾ ਪਾ ਕੇ ਜਾਂਦਾ ਹੈ ਇੱਕ ਰੋਜ਼ ਬੂਟਾਂ ਦੀ ਜੋੜੀ ਬਦਲ ਕੇ ਜਾਂਦਾ। ਇੱਕ ਦੇ ਕੋਲ 21 ਸੂਟ ਹੈ। ਇੱਕ ਰੋਜ਼ ਸੂਟ ਬਦਲ ਕੇ ਜਾਂਦਾ। ਇੱਕੋ ਹੀ ਘਰ ਹੈ, ਇੱਕੋ ਹੀ ਮਾਪੇ ਨੇ, ਉੱਥੇ ਹੀ ਰਹਿੰਦੇ ਨੇ। ਰੋਲਾ ਨਹੀਂ ਪਊ। ਆਹ ਤਕੜਾ ਹੈ ਇੱਥੇ ਦੇ ਇਸ ਦੇਸ਼। ਆਹਾਂ ਆਈਡੀ ਲੜਾਈ ਹੈ ਇਹ ਜਿਹੜੀ ਆਪਾਂ ਲੜ ਰਹੇ ਹਾਂ। ਕੱਲੇ ਕਾਨੂੰਨਾਂ ਦੀ ਲੜਾਈ ਨਹੀਂ ਆਏ ਭਾਈ ਨੂੰ ਤਾਂ ਹੁਣ ਆਏ ਨੇ ਇਹ ਲੜਾਈ ਵੱਡੀ ਲੜਾਈ ਹੈ ਫਿਰ ਇਹ ਵੱਡੀ ਲੜਾਈ ਇੱਕ ਦੋ ਧਰਨਿਆਂ ਨਾਲ ਨਹੀਂ ਜਿੱਤੀ ਜਾਣੀ ਸਾਡੇ ਸਮਝ ਪੈ ਜੇ ਵੀ ਗੱਲ ਕੀ ਹੈ ਫਰਕ ਕਿੱਥੇ ਹੈ ਫਿਰ ਜਦੋਂ ਸਾਡੇ ਸਮਝ ਪੈ ਗਈ ਹੁਣ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਨੇ ਜੂਨੀ ਬਿਰਾਸ਼ਟੀਆਂ ਚ ਬੈਠੇ ਨੇ ਕਾਲਜਾਂ ਚ ਬੈਠੇ ਨੇ ਆਰਥਿਕ ਮਹਾਰਨੇ ਸਿਆਸੀ ਮਹਾਰਨੇ ਜਾਂ ਸਿਆਸੀ ਲੋਕ ਨੇ ਜਾਂ ਦੁਨੀਆਂ ਦੇ ਲੋਕ ਨੇ মিডিਆ ਵਾਲੇ ਉਹ ਕਹਿਣ ਯਾਰ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਆਪਾਂ ਨੂੰ ਵੀ ਯਾਰ ਤੂੰ ਤਾਂ ਚੌਥੇ ਦਿਨ ਧਰ ਨਾਲ ਆ ਕੇ ਵੇਜਣੇ ਹੋ ਤੁਹਾਡਾ ਕੰਮ ਧਰਨੇ ਲਾਉਣੇ ਆ ਬਸ ਜਦੋਂ ਹੋਣ ਲੱਗਿਆ ਧਰਨਾ ਹੁਣ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਚੌਥੇ ਦਿਨ ਧਰਨਾ ਲਾ ਲੈਣੀ ਗੱਲ ਕੀ ਹੈ ਗੱਲ ਸਮਝ ਆ ਗਈ ਉਹਨਾਂ ਦੇ ਵੀ ਵੀ ਗੱਲ ਕੀ ਹੈ ਹੁਣ ਜਦੋਂ ਕੁੱਲ ਗੱਲਾਂ ਕਰਦੇ ਆਪਾਂ ਹੁਣ ਯੂਨੀਵਰਸਟੀਆਂ ਵਾਲੇ ਵੀ ਕਹਿੰਦੇ ਨੇ ਵੀ ਸਾਡੇ ਸੈਮੀਨਾਰ ਚ ਆ ਕੇ ਬੋਲ ਕੇ ਜਾਇਓ ਜੀ ਵਿਦਿਆਰਥੀਆਂ ਦਾ ਸੈਮੀਨਾਰ ਆਉਹ ਚ ਬੋਲ ਕੇ ਜਾਇਓ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੈਮੀਨਾਰ ਆਉਦੇ ਚ ਬੋਲ ਕੇ ਜਾਇਓ ਬੰਗਲੌਰ ਦੇ ਵਿੱਚ ਇੱਕ ਵੱਡਾ ਸੈਮੀਨਾਰ ਹੈ ਜੀ ਉੱਥੇ ਬੋਲ ਕੇ ਜਾਇਓ ਬੋਲਣ ਦਾ ਮਤਲਬ ਆਇਂਦਾ ਨਹੀਂ ਵੀ ਸਾਨੂੰ ਤਰ ਜਾਉਂਦੀਆਂ ਨੇ ਬਾਈ ਫੜੇ ਗੀਤ ਗਾਉਣੇ ਨੇ ਸੀ ਉੱਥੇ ਕੋਈ ਬੋਲਣ ਦਾ ਮਤਲਬ ਹੈ ਤੁਸੀਂ ਐਂ ਦੱਸੋ ਤੁਸੀਂ ਆ ਜਿਹੜੇ ਕਿਰਤੀ ਲੋਕ ਨੇ ਥਰਲਣ ਕੰਮ ਕਰਨ ਵਾਲੇ ਲੋਕ ਇਹਨਾਂ ਬਾਰੇ ਸੋਚਦੇ ਕੀ ਇਹ ਕਿਵੇਂ ਖੁਸ਼हाल ਹੋ ਸਕਦੇ ਨੇ ਦੇਸ਼ ਦੀ ਡਿਵੈਲਪਮੈਂਟ ਕਿਹਨੂੰ ਕਹਿੰਦੇ ਨੇ ਦੇਸ਼ ترقی ਕਿਵੇਂ ਕਰ ਸਕਦਾ ਹੈ ਜੇ ਭਾਰਤ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਤਾਂ ਉਹਦੇ ਕਾਰਨ ਕੀ ਨੇ ਜੇ ਪੰਜਾਬ ਵਰਗੇ ਖੁਸ਼ਹਾਲ ਸੂਬੇ 'ਚ ਹਰ ਰੋਜ਼ ਤਿੰਨ ਖੁਦਕੁਸ਼ੀਆਂ ਹੁੰਦੀਆਂ ਨੇ ਤਾਂ ਇਹਦੇ ਕਾਰਨ ਕੀ ਨੇ ਉਹ ਕਾਰਨ ਸਾਨੂੰ ਪੁੱਛਣਗੇ ਨਾ ਬਾਈ ਸਾਨੂੰ ਪੁੱਛਣਗੇ ਤੁਸੀਂ ਧਰਨਾ ਚਾਹੁੰਦੇ ਹੋ ਜੇ ਸਾਨੂੰ ਕਾਰਨਾਂ ਵੀ ਨਹੀਂ ਪਤਾ ਤੁਸੀਂ ਫਿਰ ਕੀ ਕਹੋਗੇ ਉਹਨਾਂ ਨੂੰ ਧਰਨੇ 'ਚ ਕਿਵੇਂ ਆਇਓ ਬਾਈ ਐਂ ਕਹੋਗੇ ਵੀ ਸਾਨੂੰ ਤਾਂ ਯਾਰ ਫਲਾਣੇ ਬੰਦੇ ਨੇ ਕਹਿਤਾ ਸੀ ਇੱਕ ਦਿਨ ਲਾਇਆ ਆ ਟੂਟੀਆਂ ਵਾਲੇ ਸੋਡੇ ਮੂਰੇ ਹਰੇਕ ਦੇ ਮੂਰੇ ਕਰ ਦਿੰਦੇ ਨੇ ਤਿੰਨ ਕਾਨੂੰਨਾਂ ਨੂੰ ਕਿਵੇਂ ਕਿਵੇਂ ਕਹਿੰਦੇ ਸਮਝਣ ਤੁਸੀਂ ਰੱਦ ਕਰਾ ਕੇ ਮੋੜੋ ਸੋਡੇ ਸਮਝ ਕਿੰਨੀ ਪੈ ਜਾਂਦੀ ਆ ਗੱਲ ਅਸੀਂ ਪੜਦੇ ਆਂ ਅਖਬਾਰ ਰਸਾਲੇ ਪੜ੍ਹਦੇ ਆਂ ਸਾਰੀ ਗੱਲ ਤਾਂ ਸਾਡੇ ਵੀ ਨਹੀਂ ਸਮਝ ਚ ਪੈਂਦੀ ਜਿਨਨੂੰ ਸਾਡੇ ਸਮਝ ਪੈਂਦੀ ਹੈ ਅਸੀਂ ਤੁਹਾਡੇ ਕੋਲੇ ਢੁਕਾ ਦਿੰਦੇ ਆਂ ਵੀ ਆਸਲ ਵਿੱਚ ਜਿਹੜੇ ਦੇਸ਼ 'ਚ ਅਸੀਂ ਰਹਨੇ ਆਂ ਉਹਦੇ ਵਿੱਚੋਂ ਪੰਜਾਬ ਇੱਕ ਸੂਬਾ ਹੈ ਪਹਿਲੀ ਗੱਲ ਤਾਂ ਇਹ ਦੇਸ਼ ਦੁਨੀਆ ਦੇ ਦੇਸ਼ਾਂ ਨਾਲੋਂ ਵੱਖਰੀ ਕਿਸਮ ਦਾ ਦੇਸ਼ ਜਿਹਦੇ ਵਿੱਚ ਸਾਰੀਆਂ ਰੁੱਤਾਂ ਨੇ ਸਾਰੇ ਕੁਦਰਤੀ ਸਰੋਤ ਨੇ ਜੱਗਰ ਨੇ ਦਰਿਆ ਨੇ ਪਾਣੀ ਹੈ ਉਪਜਾਊ ਜ਼ਮੀਨ ਹੈ ਮਿਹਨਤੀ ਲੋਕ ਮਨੁੱਖੀ ਸ਼ਕਤੀ ਬਹੁਤ ਵੱਡੀ ਆ ਤੇ ਜੇ ਇਹਦੇ ਕੋਲੇ ਸਾਰਾ ਕੁਝ ਹੈ ਜੇ ਇਥੇ ਰਾਜ ਕਰਨ ਵਾਲੇ ਆ ਲੋਕ ਇਥੋਂ ਰਾਜ-ਰਾਜ ਕੇ ਨਿਕਲੇ ਨੇ ਤਾਂ ਜਿਹੜੇ ਇੱਥੇ ਦੇ ਵਸਣ ਵਾਲੇ ਲੋਕ ਨੇ ਉਹ ਰੱਜ ਕੇ ਰੱਜੇ ਅਜੇ ਤੱਕ ਕਿਉਂ ਨਹੀਂ ਇਸ ਗੱਲ ਦਾ ਸਵਾਲ ਹੈ ਜਦੋਂ ਇਹ ਗੱਲ ਦੀ ਫਰੋਲਾ ਫਰਾਲੀ ਕਰਦੇ ਆ ਤਾਂ ਐ ਲੱਗਦਾ ਵੀ ਇੱਥੇ ਕਿਸੇ ਗੱਲ ਦੀ ਘਾਟ ਨਹੀਂ ਹੈ ਕਾਟ ਨੀਤੀ ਦੀ ਹੈ ਤੇ ਕਾਟ ਨੀਤ ਦੀ ਹੈ ਮਾੜੀ ਨੀਤੀ ਕਰਕੇ ਮਾੜੀ ਨੀਤ ਕਰਕੇ ਆ ਲੋਕਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਤੇ ਪੈਸੇ ਨਹੀਂ ਹਨ ਆ ਬੰਦਿਆਂ ਨੂੰ ਜਿਹੜੇ ਹੱਥੀ ਕੰਮ ਕਰਨਾ ਜਾਣਦੇ ਨੇ ਹੱਥੀ ਕੰਮ ਕਰ ਸਕਦੇ ਨੇ ਉਹਨਾਂ ਨੂੰ ਰਜਗਾਰ ਮਿਲ ਜੇ ਤਾਂ ਉਜਰਤ ਨਹੀਂ ਜਾਂ ਰਜਗਾਰ ਵੀ ਨਹੀਂ ਤੇ ਉਜਰਤ ਵੀ ਨਹੀਂ ਇਹ ਹੱਥ ਵਿਹਲੇ ਕਿਉਂ ਨੇ ਇਹ ਸਵਾਲ ਸਾਡਾ ਭਾਰਤ ਦੀ ਸਰਕਾਰ ਤੇ ਹੈ ਕੀ ਫਿਰ ਸਾਡੇ ਇਸ ਸਵਾਲ ਦਾ ਹੱਲ ਸਰਕਾਰ ਕੱਢ ਰਹੀ ਹੈ ਜੇ ਫਿਰ ਜੇ ਤੁਹਾਡੇ ਕੋਲੇ ਰੋਜ਼ਗਾਰ ਨਹੀਂ ਤਾਂ ਮੇਰਾ ਸਭ ਤੋਂ ਪਹਿਲਾ ਕੰਮ ਇਹ ਆ ਵੀ ਮੈਂ ਰੋਜ਼ਗਾਰ ਤੁਹਾਨੂੰ ਦੇਵਾਂ ਫਿਰ ਸਰਵਾਲ ਇਹ ਆ ਵੀ ਰੋਜ਼ਗਾਰ ਐਨੇ ਲੋਕਾਂ ਨੂੰ ਮਿਲਣਗੇ ਕਿੱਥੇ ਇਹ ਗੱਲ ਉੱਠ ਖੜਦੀ ਹੈ ਇਹ ਤੁਹਾਡਾ ਵੀ ਸਾਰਿਆਂ ਦਾ ਸਵਾਲ ਹੋ ਵੀ ਯਾਰ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਣਗੇ ਕਿੱਥੇ ਹੁਣ ਇਹ ਤੇ ਸਵਾਲ ਹੈ ਦੀ ਅਸੀਦੇ 70 ਤੋਂ ਲੈ ਕੇ 80% ਲੋਕਾਂ ਨੂੰ ਖੇਤੀ ਦੇ ਵਿੱਚ ਕੰਮ ਮਿਲ ਸਕਦਾ ਹੈ ਤਾਂ ਖੇਤੀ ਤਾਂ ਜ਼ਮੀਨ ਤੇ ਹੋਣੀ ਹੈ ਫਿਰ ਜ਼ਮੀਨ ਕਿੱਥੇ ਹੈ ਜ਼ਮੀਨ ਚਾਹੀਦੀ ਹੈ ਕੰਮ ਦੇਣ ਵਾਸਤੇ ਹੁਣ ਪੰਜਾਬ ਦੇ ਵਿੱਚ 1 ਕਰੋੜ 5 ਲੱਖ ਏਕੜ ਜ਼ਮੀਨ 'ਚ 80 ਲੱਖ ਲੋਕ ਸਿੱਧੇ ਤੌਰ ਤੇ ਗੁਜ਼ਾਰਾ ਕਰਦੇ ਨੇ 80 ਲੱਖ ਲੋਕ 1 ਕਰੋੜ 5 ਲੱਖ ਏਕੜ ਜ਼ਮੀਨ 'ਚ ਭਾਰਤ ਦੇ ਵਿੱਚ 14 ਲੱਖ ਪਰਿਵਾਰ ਉਹ ਨੇ ਜਿੰਨਾਂ ਕੋਲੇ 6 ਕਰੋੜ ਏਕੜ ਜ਼ਮੀਨ ਪਈ ਹੈ ਤੇ ਉਹੋ ਜ਼ਮੀਨ ਆਪ ਨਹੀਂ ਖੇਤੀ ਕਰਦੇ ਉਹਨਾਂ ਦੇ ਕੋਈ ਹੋਰ ਕਾਰੋਬਾਰ ਨੇ ਜਾਂ 베ਲੀ ਪਈ ਹੈ ਜਾਂ ਬੀੜ ਲਾਤਾ ਜਾਂ ਘੋੜਿਆਂ ਦੇ ਫਾਰਮ ਨੇ ਜਾ ਕਦੇ ਕਿਸੇ ਨੂੰ ਬਜਾਤੀ ਕਿਸੇ ਨੂੰ ਨਾ ਬਜਾਤੀ 6 ਪੰਜਾਬਾਂ ਦੀ ਜ਼ਮੀਨ 14 ਲੱਖ ਕਰਾਣੇ ਕੋਲੇ ਇਹਦੋਂ ਬਿਨਾ 10 ਕਰੋੜ ਏਕੜ ਜ਼ਮੀਨ ਅਹੀ ਵੀ ਪਈ ਹੈ ਜਿਹਦੇ ਤੇ 40000 ਕਰੋੜ ਰੁਪਇਆ ਲਾ ਕੇ ਅਪਜਾਉ ਕੀਤੀ ਜਾ ਸਕਦੀ ਉਹਦੇ ਨਾਲ ਜੇ ਭਲਾ 10 ਕਰੋੜ ਹੋ ਤੇ 6 ਕਰੋੜ ਇਹ ਜੇ 10 15 ਕਰੋੜ ਏਕੜ ਜ਼ਮੀਨ ਅਪਜਾਊ ਕਰਕੇ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਕੰਮ ਮਿਲੂਗਾ ਫਿਰ ਉਹਦੇ ਨਾਲ ਜੁੜ ਕੇ ਕਿੰਨੇ ਸੈਲਰ ਲੱਗਣਗੇ ਕਿੰਨੀਆਂ ਕਾਟਨ ਮਿਲਾਂ ਲੱਗਣਗੀਆਂ ਕਿੰਨੀਆਂ ਗੰਨਾ ਮਿਲਾਂ ਲੱਗਣਗੀਆਂ ਕਿੰਨੀਆਂ ਜੂਸ ਮਿਲਾਂ ਲੱਗਣਗੀਆਂ ਕਿੰਨੀਆਂ ਮੈਦਾ ਮਿਲਾਂ ਲੱਗਣਗੀਆਂ ਕਾਰਖਾਨੇ ਲੱਗਣ ਬਿਜਲੀ ਚਾਹੀਦੀ ਹੈ ਬਿਜਲੀ ਦੇ ਪ੍ਰੋਜੈਕਟ ਲੱਗਣ ਵਿਦਿਆ ਦੇ ਸਕੂਲ ਲੱਗਣ ਕਾਲਜ ਹੋਣ ਹਸਪਤਾਲ ਖੁੱਲਣ ਸਾਰੇ ادارے ਸਰਕਾਰੀ ਹੋਣ ਜਿੰਨੀ ਪੈਦਾਵਾਰ ਆ ਉਹ ਸਾਰੀ ਸਰਕਾਰੀ ਖਜ਼ਾਨੇ ਚ ਜਾਵੇ ਇਹ ਇਹ ਆ ਇਹ ਗੱਲ ਮੰਗਦੇ ਆ ਪਰ ਹੋਲਟਰ ਹੈ ਜੇ ਕੁੱਲ ਬੰਦਿਆਂ ਨੂੰ ਕੰਮ ਦੇਣਾ ਤਾਂ ਘੱਟ ਮਸ਼ੀਨਰੀ ਨਾਲ ਸਰਦਾ ਜੇ ਨੀ ਇਹ ਤਕਨੀਕ ਜੇ ਹੁਣ ਭਾਰਤ ਦੀ ਵਾਦੀ ਨੂੰ 80 ਕਰੋੜ ਦੇ ਲਗਭਗ ਵਾਦੀ ਇੰਡਸਟਰੀ ਤੇ ਖੇਤੀ ਦੇ ਸੈਕਟਰ ਹੋ ਸਕਦੀ ਹੈ ਤਾਂ ਵੀ ਘਰ ਦੀ ਆਬਾਦੀ ਪਬਲਿਕ ਸੈਕਟਰ ਦੇ ਵਿੱਚ ਸੈੱਟ ਕੀਤੀ ਜਾ ਸਕਦੀ ਹੈ ਜੇ ਪਨਾ ਹਰੇਕ ਬੰਦੇ ਦੇ ਹੱਥ 'ਚ ਪੈਸਾ ਹੋਵੇ ਤਾਂ ਮੈਨੂੰ ਲੱਗਦਾ ਵੀ ਆਰਥਿਕ ਸੰਕਟ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਆਰਥਿਕ ਸੰਕਟ ਇਸ ਗੱਲ ਨੂੰ ਕਹਿੰਦੇ ਨੇ ਵੀ ਜਦੋਂ ਬਾਜ਼ਾਰ ਦੇ ਵਿੱਚ ਖਰੀਦਦਾਰੀ ਵਾਸਤੇ ਬੰਦੇ ਨਹੀਂ ਜਾਂਦੇ ਉਹਨੂੰ ਆਰਥਿਕ ਸੰਕਟ ਕਿਹਾ ਜਾਂਦਾ ਇਹਦਾ ਮਤਲਬ ਇਹ ਬਣਦਾ ਵੀ ਜੇ ਦੁਕਾਨਾਂ 'ਚ ਪਿਆ ਮਾਲ ਨਹੀਂ ਵਿਕਿਆ ਤਾਂ ਦੁਕਾਨਦਾਰ ਜਿਹੜਾ ਇੰਡਸਟਰੀ ਦੇ ਵਿੱਚੋਂ ਆਊਗਾ ਉਹਨਾਂ ਦਾ ਦਲਾਲ ਮਾਲ ਵੇਚਣ ਵਾਲਾ ਉਹਨੂੰ ਉਹਨੂੰ ਆਰਡਰ ਨਹੀਂ ਦੇਣਗੇ ਵੀ ਸਾਡੇ ਕੋਲ ਤਾਂ ਤੌਲੀਏ ਪਹਿਲੇ ਹੀ ਬਹੁਤ ਪਏ ਨੇ ਬਣਾਉਣਾ ਪਹਿਲੇ ਹੀ ਬਹੁਤ ਪਈਆਂ ਨੇ ਪੱਗਾਂ ਪਹਿਲੇ ਹੀ ਬਹੁਤ ਪਈਆਂ ਨੇ ਬਾਈ ਹੋਰ ਆਰਡਰ ਤਾਂ ਮੈਂ ਦੰਦਾ ਨਹੀਂ ਜਦੋਂ ਮਾਰਕੀਟ 'ਚ ਉਹਨੂੰ ਜਵਾਬ ਮਿਲ ਗਿਆ ਉਹਨੇ ਜਾ ਕੇ ਕਾਰਖਾਨੇ ਨੂੰ ਕਹਿਣਾ ਵੀ ਜੇ ਆਰਡਰ ਤਾਂ ਆਏ ਨਹੀਂ ਜਦੋਂ ਕਾਰਖਾਨੇ ਦੇ ਵਿੱਚ ਪਹਿਲੇ ਹੀ माल ਬਹੁਤ ਤਿਆਰ ਹੈ ਮਾਰਕੀਟ 'ਚੋਂ ਮੰਗ ਮੁੱਕ ਗਈ ਫਿਰ ਇੰਡਸਟਰੀ ਵਾਲਾ ਕਹੂ ਦੋ ਜੁੰਟ ਬੰਦ ਕਰ ਦੋ ਜਦੋਂ ਦੋ ਜੁੰਟ ਬੰਦ ਹੋਣਗੇ ਕਾਉਂ ਚ ਲੀਵਰੇਜ ਨਹੀਂ ਉਹ ਸਾਰੀ ਬਾਹਰ ਵਗਦੀ। ਕਾਰਖਾਨਾ ਘਾਟੇ ਚ ਬਹਿ ਗਿਆ। ਤਾਂ ਕਾਰਖਾਨੇਦਾਰ ਨੇ ਲਿਖਦੇ ਨੇ ਮੈਂ ਇੱਕ ਸਾਲ ਦੇ ਵਿੱਚ ਐਨੇ ਕਰੋੜ ਮੁਨਾਫਾ ਕਮਾਉਣਾ ਸੀ ਤੇ ਮੈਨੂੰ ਆਰਥਿਕ ਸੰਕਟ ਕਰਕੇ 100 ਕਰੋੜ ਰੁਪਏ ਦਾ ਇੱਕ ਸਾਲ ਦੇ ਵਿੱਚ ਘਾਟਾ ਪੈ ਗਿਆ। ਸਰਕਾਰ ਪੂਰਾ ਕਰੇ। ਤਾਂ ਸਾਡੀ ਸਰਕਾਰ ਉਹਦਾ 100 ਕਰੋੜ ਦਾ ਘਾਟਾ ਪੂਰਾ ਕਰੇ। ਜੇ ਹੁਣ ਇਹ ਹੀ ਗੱਲ ਭਲਾ ਸਰਕਾਰ ਨੂੰ ਅਸੀਂ ਕਹੀਏ 20-70 ਸਾਲਾਂ ਤੋਂ ਅਸੀਂ ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਕਦੇ ਬੀਨ ਇਨਸਾਫ ਨਹੀਂ ਮਿਲਿਆ ਖਾਦੀ ਕੜੀ ਵੀ ਕਿੰਨੀ ਧੋਨਾ ਕਿੰਨੀ ਕਣਕ ਪੈਦਾ ਕਰਤੀ ਅਸੀਂ ਖਾਦੀ ਕੜੀ ਇਹਨੇ ਅੱਜ ਪੰਜਾਬ ਦੇ ਵਿੱਚ 500 ਰੁਪਏ ਦੀ ਹੜੀ ਚੱਲਦੀ ਹੈ ਸਾਡੀਆਂ ਜਿਹੜੀਆਂ ਗੇੜ ਲੋ ਸਾਰੇ ਟੱਬਰ ਦੀਆਂ 70 ਸਾਲਾਂ ਦੀਆਂ ਉਹਦਾ حساب ਖਤਬ ਕਰ ਲੋ ਕਰਜ਼ਾ ਦੇ ਦੋ ਕਰਜ਼ਾ ਲਾ ਕੇ ਸਾਨੂੰ ਪੈਸੇ ਬਚਣ ਕੋਈ ਦਿਨ ਸਾਹਬ ਹੋਵੇ ਯਾਰ ਕਿਤੇ ਦਿਨ ਸਾਹਬ ਹੋਵੇ ਸਾਡੇ ਬੱਚੇ ਬਾਹਰ ਨੂੰ ਭੱਜੇ ਜਾਂਦੇ ਨੇ ਬਾਹਰ ਜਾ ਕੇ ਕਰਦੇ ਵੀ ਕੀ ਨੇ ਉਹ ਪੜ੍ਹ ਲੈ ਇੱਥੇ ਜਿੰਨੇ ਭਾਈ ਤੁਸੀਂ ਬੈਠੇ ਹੋ ਮੈਂ ਵੀ ਥੋੜੇ ਜੀ ਸਾਹਮਣੇ ਗਲ ਗਲ ਫਰਾਹਾ ਲੈ ਕੇ ਮੁੰਡੇ ਬਾਹਰ ਭੇਜਦੇ ਆਂ ਜਾ ਕੇ ਉੱਥੇ ਦਿਹਾੜੀ ਕਰਨੀ ਉਹੋ ਦਿਹਾੜੀ ਕਰਦੇ ਬੰਦੇ ਜਦੋਂ ਇੱਧਰ ਆਉਣਗੇ ਹਵਾਈ ਆ ਚੁੱਤਰਨਗੇ ਇੱਥੇ ਦਿੱਲੀ ਗਾਂਹਾਂ ਜਾ ਕੇ ਕਹਿਣਗੇ ਵੱਡੀ ਕਾਰ ਦਿਓ ਸਾਨੂੰ ਕੋਈ ਵੱਡੀ ਕਾਰ ਚਾਹੀਦੀ ਆ ਮੈਂ ਹੁਣ ਤਾਂ ਬਈ ਸਾਈਕਲ ਚੋਕਲ ਤੇ ਜਾਣਾ ਛੱਡਿਆ ਮੋਟਰਸਾਈਕਲ ਤਾਂ ਮੈਂ ਜਾਂਦਾ ਉਸ ਮੁਲਕ ਚ ਉਹਨਾਂ ਗੋਰਿਆਂ ਕੋਲੇ ਜਿੰਨਾ ਗੋਰਿਆਂ ਨੂੰ ਕੱਢਣ ਵਾਸਤੇ ਭਗਤ ਸਿੰਘ ਉਹਨਾਂ ਨੇ ਫਾਂਸੀਆਂ 'ਤੇ ਮੰਨਿਆ ਜਿੰਨਾ ਗੋਰਿਆਂ ਨੂੰ ਅਸੀਂ ਐ ਕਹਿੰਦੇ ਆ ਵੀ ਇਹ ਇਹਨਾਂ ਦਾ ਮੱਥਾ ਨਾ ਸਾਨੂੰ ਦਿਖੇ ਜਿਹੜੇ ਗੋਰਿਆਂ ਤੋਂ ਅਸੀਂ ਇੰਨੇ ਔਖੇ ਆ ਵੀ ਸਾਡੇ ਛੜੀਆਂ ਵਰਗੇ ਗੱਭਰੂ ਉਹਨਾਂ ਦੇ ਪੁੱਠੇ ਲਟਕਾ ਕੇ ਮਾਰਦੇ ਸਾਨੂੰ ਉਹਨਾਂ ਗੋਰਿਆਂ ਦੀ ਗੋਦੀ 'ਚ ਜਾ ਕੇ ਨੀਂ ਚਾਕਰੀ ਕਰਨੀ ਪੈਂਦੀ ਤੇ ਸਾਡੇ ਘਰਾਂ ਦੇ ਵਿੱਚ ਬਾਈ ਜਦੋਂ ਕਿਸੇ ਮੁੰਡੇ ਦਾ ਬੀਜਾ ਲੱਗ ਜਾਂਦਾ ਜਲੇਬੀਆਂ ਪਕਦੀਆਂ ਨੇ ਜਾਂਦਾ ਗੁਲਾਮੀ ਕਰਨਾ ਹੈ ਜਾਂਦਾ ਦਿਹਾੜੀ ਕਰਨਾ ਇਹ ਨਾ ਮੁੰਡੇ ਦਾ ਨੁਕਸ ਹੈ ਬਾਈ ਨਾ ਛੋੜਾ ਨੁਕਸ ਹੈ ਨਾ ਉਹਨਾਂ ਦਾ ਨੁਕਸ ਹੈ ਇਹ ਨੁਕਸ ਸਾਡੇ ਭਾਰਤ ਦੀ ਸਰਕਾਰ ਦਾ ਨੁਕਸ ਹੈ ਕਿਉਂਕਿ ਇੱਥੇ ਕੰਮ ਹੀ ਨਹੀਂ ਨੌਕਰੀਆਂ ਨਹੀਂ ਉਹ ਜਿਹੜੀਆਂ ਨੌਕਰੀਆਂ ਨੇ ਸਾਰੀਆਂ ਖਤਮ ਕਰਨ ਚੱਲੇ ਹੋਇਆ ਆਪਾਂ ਜਿੰਨੇ ਥੋੜੇ ਚ ਕੁ ਸਾਰਾ ਵੱਡਾ ਹਿੱਸਾ ਹੈ ਜਿਆ ਬੈਠਾ ਹੋਣਾ ਜਿਹੜਾ ਇਹ ਕਹਿੰਦਾ ਹੁੰਦਾ ਵੀ ਯਾਰ ਬੱਚੇ ਪੜਾ ਕੇ ਕੀ ਕਰਨਾ ਆਪਾਂ ਖੇਤੀ ਕਰਦੇ ਆਂ ਜ਼ਮੀਨ ਬਥੇਰੀ ਐ ਮੁੰਡੇ ਖੇਤੀ ਕਰ ਲੈਣਗੇ ਇਹ ਗੱਲ 25 30 ਸਾਲ ਪਹਿਲਾਂ ਸੁਣਨ ਨੂੰ ਮਿਲਦੀ ਹੁੰਦੀ ਹੁੰਦੀ ਜਿੰਨਾ ਪੜਜੂ ਪੜਜੂ ਯਾਰ ਚਾਹ ਰਖਣਾ ਸਿਆਣੂ ਹੋ ਜੂ ਹਿਸਾਬ ਕਿਤਾਬ ਕਰ ਲਿਆ ਕਰੂਗਾ ਜਿੰਨਾ ਪੜ ਗਿਆ ਪੜ ਗਿਆ ਪੜ ਕੇ ਉਦ ਬਾਅਦ ਟਰੈਕਟਰ ਫੜਾ ਲੇ ਖੇਤੀ ਕਰ ਲੂ ਜਮੀਨ ਬਸੇਰੀ ਇਹ ਹੁਣ ਕਿਉਂ ਕਹਿਣਾ ਹਟ ਗਿਆ ਬਾਈ ਤੁਸੀਂ ਹੁਣ ਨਹੀਂ ਛੱਡ ਜੇ ਕੋਈ ਕਹਿੰਦਾ ਚਾਹੇ ਕਿਸੇ ਕੋਲੇ 20 ਕਿੱਲੇ ਨੇ ਚਾਹੇ 30 ਕਿੱਲੇ ਨੇ ਚਾਹੇ ਕਿਸੇ 40 ਕਿੱਲੇ ਨੇ ਉਹ ਨਹੀਂ ਕਹਿੰਦਾ ਵੀ ਮੇਰਾ ਮੁੰਡਾ ਪੜ ਕੇ ਖੇਤੀ ਕਰ ਲਿਆ ਕਰੂਗਾ ਹੁਣ ਕਹਿਣਾ ਕਿਉਂ ਹਟ ਗਿਆ ਸੋਨ ਨੂੰ ਪਤਾ ਹੈ ਵੀ ਇਹਦੇ ਚ ਤੇਲਾ ਨਹੀਂ ਬਚਦਾ ਸੋਨੂ ਪਤਾ ਵੀ ਇਹ ਕੰਮ ਮੁਨਾਫੇ ਵਾਲਾ ਰਿਹਾ ਨਹੀਂ ਇਹ ਤੇ ਪੈਂਦੀਆਂ ਮਾਰਾਂ ਸਾਰੀਆਂ ਝੱਲਣੀਆਂ ਪੈਂਦੀਆਂ ਨੇ ਤੁਹਾਨੂੰ ਇਸ ਗੱਲ ਦਾ ਪਤਾ ਤੁਸੀਂ ਤਾਂ ਇੱਥੋਂ ਤੱਕ ਕਹਿਣ ਲੱਗ ਗਏ ਵੀ ਘਰਾਂ 'ਚ ਮੱਜ ਰੱਖਣ ਦਾ ਨਹੀਂ ਫਾਇਦਾ ਦੁੱਧ ਮਹਿੰਗਾ ਪੈਂਦਾ ਘਰ ਵਾਲੀ ਨੂੰ ਗੋਹਾ ਦੇਖਣਾ ਪੈਂਦਾ ਰਿੜਕਣਾ ਪੈਂਦਾ ਨਾਲੇ ਮਹਿੰਗਾ ਪੈਂਦਾ ਖਰਚ ਦੇ ਪੈਸੇ ਨਹੀਂ ਉਤਰਦੇ ਇਹ ਤੁਸੀਂ ਨੇ ਨਹੀਂ ਕਿਹਾ ਹਾਲਤਾ ਨੇ ਢੀੜਾ ਲੈਂਦਾ ਤੁਸੀਂ ਆਪਦੇ ਹੱਥਾਂ ਨਾਲ ਆਪਦੇ ਘਰਾਂ ਚੋਂ ਪਸ਼ੂ ਕੱਢਦੇ ਤੁਸੀਂ ਆਪਦੇ ਹੱਥਾਂ ਨਾਲ ਆਪਦੇ ਮੁੰਡੇ ਬਾਹਰ ਸੋਨੂੰ ਭੇਜਣੇ ਪੈਗੇ ਤੁਸੀਂ ਆਪਦੇ ਹੱਥਾਂ ਨਾਲ ਐ ਕਹੋਗੇ ਵੀ ਆਹ ਸਾਹਮਣੂ ਜ਼ਮੀਨ ਸੱਤ ਤੋਂ ਨਹੀਂ ਖੇਤੀ ਆ ਛੋਟੇ ਕੋਲੋਂ ਕਹਾ ਲਿਆ ਕਿ ਖੇਤੀ ਜਨਾ ਆਇਓ ਜਾਣੂ ਨੇ ਬਈ ਕਿਹਾ ਘੇਰ ਘੇਰ ਕੇ ਫਸਾ ਫਸਾ ਕੇ ਇੱਥੇ ਲਿਆਂਦਾ ਕਿ ਸਾਨੂੰ ਇਹ ਕਹਿਣਾ ਪਵੇ ਉਹ ਖੇਤੀ ਵਰਗੀ ਸਰਦਾਰੀ ਕਿਸੇ ਗੱਲ 'ਚ ਨਹੀਂ ਜੇ ਇਹਦੇ ਨਾਲ ਇਨਸਾਫ ਹੋਵੇ ਕਦੇ ਤੁਸੀਂ ਘਰੇ ਜਿੱਦ ਪੋਂ ਟੈਨਸ਼ਨ ਹੋ ਜਾਏ ਦਿਮਾਗ 'ਚ ਖੇਤ ਚਲੇ ਜਾਓ ਖੇਤ ਬਾਈ ਤੁਹਾਡੇ ਨਾਲ ਗੱਲਾਂ ਕਰੂਗਾ। ਖੇਤ ਬਾਈ ਤੁਹਾਨੂੰ ਖੁਸ਼ਹਾਲ ਕਰਕੇ ਭੇਜੂਗਾ ਖੇਤੋਂ। ਤੁਸੀਂ ਕੱਖ ਨਾ ਕਰੋ। ਖੇਤ ਗੇੜਾ ਮਾਰ ਕੇ ਆਜੋ। ਤੁਹਾਡੀ ਟੈਨਸ਼ਨ ਦੂਰ ਹੁੰਦੀ ਹੈ। ਉਹ ਸੁਰਗ ਸੀ ਬਾਈ ਸਾਡੇ ਖੇਤਾਂ 'ਚ। ਜਿਹੜਾ ਇਹ ਬੇਈਮਾਨ ਹਾਕਮਾਂ ਨੇ ਲੁੱਟ ਲਿਆ। ਇੱਕ ਜ਼ਹਿਰ ਚੜਦਾ ਹੈ ਗੁੱਸਾ ਚੜਦਾ ਹੈ ਮਨ ਨੂੰ ਉਹ ਧਰਤੀ ਜਿਹੜੀ ਮਨੁੱਖ ਦੇ ਪੈਦਾ ਹੋਣ ਵਾਲੀ ਖਾਣ ਵਾਲੀ ਹਰ ਚੀਜ਼ ਪੈਦਾ ਕਰਦੀ ਹੋਵੇ ਉਹ ਧਰਤੀ ਜਿਹੜੀ ਮਨੁੱਖ ਦੇ ਨਾਲ ਦਿਨ ਤੇ ਰਾਤ ਜਾ ਕੇ ਗੱਲਾਂ ਕਰਦੀ ਹੋਵੇ ਉੱਥੋਂ ਦੇ ਰਹਿਣ ਵਾਲੇ ਲੋਕ ਕਰਜਾਈ ਤੇ ਖੁਦਕੁਸ਼ੀਆਂ ਕਰਨਾ ਉੱਥੋਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਦੁਰਦਸ਼ਾ ਦੇਖਣੀ ਪਈ ਪਵੇ ਐਡੀ ਵੱਡੀ ਬੇਇਨਸਾਫੀ ਕਿ ਉਹ ਜ਼ਰਤੀ ਦਾ ਮਾਲ ਖਰੀਦਣ ਵਾਲੇ ਮਾਲੋਮਾਰ ਹੋਏ ਬੈਠੇ ਹੋਣ ਜਿਆਦਾ ਬਈ ਤੁਹਾਨੂੰ ਜਦੋਂ ਆਪਾਂ ਫਲਿਆਂ ਦੀ ਖੇਤੀ ਕਰਦੇ ਹੁੰਦੇ ਛੋਡੇ ਚ ਬੈਠੇ ਹੋਣੇ ਬਹੁਤ ਬਈ ਲਾਲਿਆਂ ਦਾ ਕੀ ਕੰਮ ਹੁੰਦਾ ਬਣਾ ਸ਼ਾਹੂਕਾਰ ਕੀ ਕਰਦਾ ਹੁੰਦਾ? ਸ਼ਾਹੂਕਾਰ ਬਈ ਜਦੋਂ ਅਸੀਂ ਬੋਲੀ ਤਿਆਰ ਕਰਦੇ ਸਾਡੀ ਕਣਕ ਦੀ ਬੋਲੀ ਨੂੰ ਤੋਲਣ ਵਾਸਤੇ ਆਉਂਦਾ ਹੁੰਦਾ ਸ਼ਾਹੂਕਾਰ। ਤੇ ਉਹ ਸ਼ਾਹੂਕਾਰ ਹੁਣ ਸਾਡੀ ਕੁੜੀ ਤੇ ਮੁੰਡੇ ਦਾ ਵਿਆਹ ਦੱਸਦੇ ਨੇ ਵੀ ਕਦੋਂ ਹੋਊਗਾ। ਅਸੀਂ ਧਰਤੀ 'ਚ ਵੜ ਗਏ ਕਿਉਂਕਿ ਹੱਥਾਂ ਨਾਲ ਕੰਮ ਕਰਨ ਵਾਲੇ ਲੋਕਾਂ ਜਿਹੜੇ ਕਲਮ ਨਾਲ ਕੰਮ ਕਰਨ ਵਾਲੇ ਸੀ ਉਹ ਅਸਮਾਨੀ ਡਾਇਰੀਆ ਮਰ ਗਏ ਸਾਰੀ ਵਧੀ ਹੋਈ ਪੈਦਾਵਾਰ ਜਾਂ ਸਤਸਮੁੰਦਰੋਂ ਪਾਰ ਟੱਪ ਗਈ ਜਾਂ ਬੈਂਕਾਂ ਲੈ ਗਈਆਂ ਜਾਂ ਉਹਦਾ ਵਧੀ ਹੋਈ ਪੈਦਾਵਾਰ ਦਾ ਆੜਤੀਆਂ ਨੂੰ ਫਾਇਦਾ ਇਦੋਂ ਗਾਹਾਂ ਸਰਕਾਰ ਸਾਡਾ ਇਲਾਜ ਕਰ ਰਹੀ ਹੈ ਕਿ ਜੇ ਉਹ ਕੁਝ ਤੁਹਾਡੇ ਕੋਲ ਹੈ ਇਹ ਸਾਨੂੰ ਸਮਾਓ ਤੇ ਤੁਸੀਂ ਜਾਓ ਟੱਠੇ ਖੂਚ ਇਹ ਨਾ ਕੱਲੇ ਛੋਡਾਂ ਵਾ ਛੋਡੇ ਵਾਸਤੇ ਆ ਇਹ ਮਜ਼ਦੂਰਾਂ ਵਾਸਤੇ ਵੀ ਇਹੀ ਪਾਲਸੀ ਹੈ ਛੋਟੇ ਦੁਕਾਨਦਾਰਾਂ ਵਾਸਤੇ ਵੀ ਇਹੀ ਪਾਲਸੀ ਹੈ ਕਾਰਖਾਨੇਦਾਰਾਂ ਵਾਸਤੇ ਵੀ ਇਹੀ ਪਾਲਸੀ ਹੈ ਵਿਦਿਆਰਥੀਆਂ ਵਾਸਤੇ ਵੀ ਇਹੀ ਪਾਲਸੀ ਹੈ ਜਿੰਨਾਂ ਨੂੰ ਜਿਹੜੇ ਰਜਗਾਰ ਮੰਗਦੇ ਮੁੰਡੇ ਬੇਰਜਗਾਰਾਂ ਵਾਸਤੇ ਵੀ ਪਾਲਸੀ ਇਹੀ ਹੈ ਸਾਰਿਆਂ ਵਾਸਤੇ ਇਹੀ ਪਾਲਸੀ ਹੈ ਤਾਂ ਸਾਨੂੰ ਦੱਸ ਦਿਆਂ ਵੀ ਲੜਾਈ ਬਈ ਬਹੁਤ ਵੱਡੀ ਹੈ ਪੈਸੇ ਦਾ ਟੋਟਾ ਨਹੀਂ ਹੈ ਹੁਣ ਜੇ ਕੱਲੀ-ਕੱਲੀ ਗੱਲ ਫਰੋਲ ਨਹੀਂ ਹੋਵੇ ਨਾ ਵੀ ਕੱਲੀ-ਕੱਲੀ ਗੱਲ ਫਰੋਲ ਨਹੀਂ ਹੋਵੇ ਸਾਡੇ ਸਿਰ ਕਰਜ਼ਾ ਕਿੰਨੇ ਪਿਆ? 1 ਲੱਖ ਕਰੋੜ ਰੁਪਇਆ ਕਰਜ਼ਾ ਹੈ ਆਪਣੇ ਸਿਰ। 1 ਲੱਖ ਕਰੋੜ ਰੁਪਇਆ ਕਰਜ਼ਾ। ਪੰਜਾਬ ਦੇ ਕਿਸਾਨਾਂ ਦਾ। ਤੇ ਪੂਰੇ ਦੇਸ਼ ਦੀ ਘਰੇਲੂ ਆਮਦਨ ਇੱਕ ਸਾਲ ਦੀ ਕਿੰਨੀ ਹੈ? 210 ਲੱਖ ਕਰੋੜ ਰੁਪਇਆ ਘਰੇਲੂ ਆਮਦਨ ਹੈ ਆਪਣੇ 1 ਸਾਲ ਦੀ ਹਿੰਦੁਸਤਾਨ ਦੀ। ਜੇ ਕੁੱਲ ਹਿੰਦੁਸਤਾਨ ਦੇ ਲੋਕਾਂ ਕਿਸਾਨਾਂ ਦਾ ਕਰਜ਼ਾ ਦੇ ਮਜ਼ਦੂਰਾਂ ਦਾ ਕਰਜ਼ਾ ਲੈਣਾ ਹੋਵੇ ਤਾਂ 12 ਲੱਖ ਕਰੋੜ ਰੁਪਈਆ ਹਿੰਦੁਸਤਾਨ ਦੇ ਕਿਸਾਨਾਂ ਤੇ ਮਜ਼ਦੂਰਾਂ ਸਰ ਕਰ ਜਾਏ ਘਰੇਲੂ ਆਮਦਨ ਹੈ ਆਪਣੀ 210 ਲੱਖ ਕਰੋੜ ਇਨਕਮ ਟੈਕਸ ਕੱਲਾ ਇਨਕਮ ਟੈਕਸ ਚੋਰੀ ਹੁੰਦਾ ਜਿਹੜਾ ਭਾਰਤ 600 ਲੱਖ ਕਰੋੜ ਇਨਕਮ ਟੈਕਸ ਚੋਰੀ ਹੁੰਦਾ ਕਲਾਪਾਤ 600 ਲੱਖ ਕਰੋੜ ਜੇ ਉਹਨਾਂ ਦੇ ਲਗਾ ਪਾਈ ਜਾਵੇ ਸਾਰੇ ਭਾਰਤ ਦੇ ਲੋਕਾਂ ਦਾ ਕਿੰਨੀ ਬਾਰੀ ਕਰਜ਼ਾ ਮਾਫ਼ ਕੀਤਾ ਜਾ ਸਕਦਾ ਸਾਡੀ ਕੀਤੀ ਹੋਈ ਕਮਾਈ ਜਾ ਕਿਥੇ ਬੜੀ ਵੱਡੇ ਲੋਕਾਂ ਦੇ ਢੇਡਾਂ 'ਚ ਜਾ ਪਈ। ਤੇ ਉਹਨਾਂ ਦੇ ਹੀ ਪੱਖਪੂਰਨ ਵਾਸਤੇ ਕਾਨੂੰਨ ਬਣਾ ਰਹੇ ਨੇ। ਜਿਹੜਾ ਵੱਡਾ ਉਹ ਹੋਰ ਵੱਡਾ। ਕੱਲ੍ਹ ਦੇ ਅਖਬਾਰ 'ਚ ਖ਼ਬਰ ਪੜ੍ਹੀ ਹੈ। ਅਡਾਨੀ ਨੂੰ ਜੈਪੁਰ ਦੇ ਹਵਾਈ ਐਡੇ ਦੀਆਂ ਚਾਬੀਆਂ ਬਾਈ ਫੜਾਤੀਆਂ। ਅਡਾਨੀ ਦੁਨੀਆਂ ਦੇ ਅਮੀਰਾਂ 'ਚੋਂ 38ਵੇਂ ਨੰਬਰ ਤੇ ਹੈ। ਤੇ ਮਕੇਸ਼ ਅਵਾਨੀ ਦੁਨੀਆਂ ਦੇ ਅਮੀਰਾਂ ਚੋਂ ਨੌਵੇਂ ਨੰਬਰ ਤੇ ਹੈ ਇਹਨਾਂ ਸਾਰਿਆਂ ਦੀ 1 ਸਾਲ ਦੀ ਆਮਦਨ ਪੰਜ ਬੰਦਿਆਂ ਦੀ 23 ਲੱਖ ਕਰੋੜ ਰੁਪਈਆ ਜਦੋਂ ਮਕੇਸ਼ ਅਵਾਨੀ ਦੀ ਇਕੱਲੇ ਦੀ 6.5 ਲੱਖ ਕਰੋੜ ਰੁਪਈਆ ਇਕੱਲੇ ਮਕੇਸ਼ ਅਵਾਨੀ ਦੀ ਬੈਂਕਾਂ ਦੇ ਵਿੱਚੋਂ ਜਦੋਂ ਅਸੀਂ ਗੱਲ ਕਰਦੇ ਆਂ ਵੀ ਸਾਡਾ ਕਰਜ਼ਾ ਖਤਮ ਕਰ ਦਿਓ ਇਹਨਾਂ ਕੋਲੇ ਪੈਸਾ ਨਹੀਂ ਹੈ ਜਿਹੜੀ ਇਹਨਾਂ ਦੇ ਵੱਡੇ ਕਾਰਪੋਰੇਟ ਮੁਕੇਸ਼ ਅਡਾਨੀ ਬਾਨੀ ਵਰਗੇ ਨੇ ਮਨਮੋਹਨ ਸਿੰਘ ਦਾ ਬਿਆਨ ਪੜਿਆ ਹੋਣਾ ਤੁਸੀਂ ਕਹਿੰਦਾ ਜਿਹੜੇ ਲੋਕ ਬੈਂਕਾਂ ਦੇ ਡਿਫਾਲਟਰਡ ਨੇ ਉਹੀ ਲੋਕ ਸਰਕਾਰੀ ਜਾਇਦਾਦਾਂ ਖਰੀਦੀ ਜਾਂਦੇ ਨੇ ਡਿਫਾਲਟਰ ਬਣਾ ਕੌਣ ਨੇ ਜੇ ਤੁਸੀਂ ਡਿਫਾਲਟਰ ਨੂੰ ਸੋਡਾ ਕਰ ਜਾ ਗੁਰਜਾ ਨਹੀਂ ਮਾਫ ਹੁੰਦਾ ਇਹ ਵੱਡੇ ਵੱਡੇ ਘਰਾਣੇ ਨੇ ਜਿਹੜੇ ਹੈ ਡਿਫਾਲਟਰ ਵੀ ਨੇ 2010 ਤੋਂ ਲੈ ਕੇ 2021 ਤੱਕ 35 ਲੱਖ ਕਰੋੜ ਰੁਪਈਆ ਇਹਨਾਂ ਦਾ ਬਈ ਡਿਫਾਲਟਰਾਂ ਦੇ ਕਰਜ਼ੇ ਤੇ ਲੀਕ ਮਾਰੀ ਹੈ ਸਰਕਾਰ ਨੇ ਜਾਓ ਜਾਓ ਕਹਿੰਦੇ ਡੁੱਬ ਗਿਆ ਕਰਦਾ ਕਰਜਾ ਡੁੱਬਦਾ ਕਿਵੇਂ ਆ ਬਾਈ ਤੁਸੀਂ ਆ ਜਿੰਕ ਦੀ ਫੈਕਟਰੀ ਲਾ ਲਈ ਇਹਦੇ 10 ਕਰੋੜ ਕਰਜੇ ਦਾ ਲੈ ਲਿਆ ਸਾਲ ਭਰ ਚਲਾ ਕੇ ਇਹਨੂੰ ਜਿੰਦਾ ਲਾ ਕੇ ਨਿਮੁਰੇ ਲਿਖ ਦੋ ਵੀ ਭਾਈ ਇਹ ਬੰਦ ਹੈ ਮਾਲ ਕੇ ਦਾ ਹਲਫਨਾਮਾ ਦੇ ਦੂਗਾ ਵੀ ਮੇਰੀ ਫੈਕਟਰੀ ਦੇ ਵਿੱਚੋਂ ਘਾਟਾ ਪੈ ਗਿਆ ਤੇ ਮੈਂ ਕਿਸ਼ਤਾਂ ਨਹੀਂ ਭਰ ਸਕਦਾ ਦੋ ਸਾਲਾਂ ਦੇ ਵਿੱਚ ਇਹਦਾ ਕਰਜ਼ਾ ਰਾਈਟ ਆਊਟ ਸੋਡੇ ਚੋਂ ਕਿਸੇ ਦਾ ਕਰਜ਼ਾ ਰਾਈਟ ਆਫ ਹੋਇਆ ਬਾਈ ਕਾਤੋਂ ਨਹੀਂ ਹੁੰਦਾ ਸਾਡੀ ਅਪਰੋਚ ਨਹੀਂ ਸਾਡੀ ਪੋਗਤ ਨਹੀਂ ਸਾਡੀ ਬੁੱਕਤ ਨਹੀਂ ਕਿਉਂਕਿ ਅਸੀਂ ਗਰੀਬ ਆ ਅਸੀਂ ਛੋਟੇ ਆ ਛੋਟਿਆਂ ਦੀ ਇੱਥੇ ਬੁੱਕਤ ਨਹੀਂ ਹੁੰਦੀ ਐਸ ਗੱਲ ਦਾ ਰੌਲਾ ਹੈ ਜੇ ਛੋਟਾ ਨਹੀਂ ਬੁੱਕਤ ਕਿਉਂ ਨਹੀਂ ਬਣਾਉਂਦੇ ਸਾਨੂੰ ਕਹਤੋਂ ਤੁੰਦਦੇ ਨੇ ਲੋਕ ਭਲਾ ਬਾਈ ਵੀ ਬੋਟਾਂ 'ਚ ਖੜੇ ਹੋ ਬਣੋ ਮੁੱਖ ਮੰਤਰੀ ਬਣਜੋ ਪ੍ਰਧਾਨ ਮੰਤਰੀ ਬਣਜੋ ਐਮ ਐਲ ਏ ਬਣਜੋ ਵਜ਼ੀਰ ਲੈ ਲਓ ਚਿਆਂ ਕੁਰਸੀਆਂ ਅਸੀਂ ਬਾਈ ਉਹਨਾਂ ਨੂੰ ਰੜਕਦੇ ਆ ਕਿਉਂਕਿ ਅਸੀਂ ਉਹਨਾਂ ਦੇ ਰਾਹ 'ਚ ਰੋੜਾ ਬਣੇ ਹਾਂ ਉਹ ਰੋੜਾ ਚੱਕਣਾ ਜਾਂਦੇ ਨੇ ਉਹ ਬੁਰਕੀ ਵੀ ਦੇਖਦੇ ਨੇ ਬਾਈ ਗੋਲੀ ਵੀ ਦਿਖਾਉਂਦੇ ਇਹ ਬੁਰਕੀ ਐ ਤੁਸੀਂ ਨਹੀਂ ਸਾਨੂੰ ਕਹਿ ਰਹੇ ਵੀ ਵੋਟਾਂ 'ਚ ਖੜੇ ਹੋ ਜਾਓ ਇੱਕ ਤਾਕਤ ਆ ਜਿਹੜੀ ਤੁਹਾਡੇ ਨੂੰ ਪ੍ਰਚਾਰ ਕਰਦੀ ਆ ਵੀ ਕਿਸਾਨਾਂ ਨੂੰ ਕਹੋ ਵੋਟਾਂ 'ਚ ਖੜੇ ਹੋ ਕੇ ਸਰਕਾਰ ਬਣਾਉਣ ਤੇ ਸਾਡੇ ਵਰਗੀ ਹੋ ਜਾਣ ਕਿਉਂਕਿ ਤੁਸੀਂ ਆਹ ਕੰਮ ਕਰਨਾ ਛੱਡ ਦੋ ਜਦੋਂ ਆਹ ਤਾਕਤ ਇਕੱਠੀ ਹੁੰਦੀ ਆ ਨਾ ਜਦੋਂ ਇਹ ਸਿਰ ਜੋੜਦੇ ਆ ਬਾਈ ਇਹ ਦਿੱਲੀ ਤੱਕ ਦੀਆਂ ਕੁਰਸੀਆਂ ਹਲਦੀਆਂ ਨੇ ਅਮਰੀਕਾ ਤੱਕ ਦੀਆਂ ਕੁਰਸੀਆਂ ਹਲਦੀਆਂ ਨੇ ਇੱਥੇ ਰੌਲਾ ਇਹ ਹੋਰ ਸਾਡੇ ਨਾਲ ਹੇਜ ਨਹੀਂ ਵੀ ਸਾਨੂੰ ਉਹ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਨੇ ਭਾਈ ਕਹਿਣ ਆ ਸਹੀ ਕੁਰਸੀ ਤੇ ਦੇਈ ਫਿਰ ਸਾਰਿਆਂ ਨੂੰ ਰੁਜ਼ਗਾਰ ਕਰ ਫਿਰ ਕਰਜੇ ਮਾਪ ਧੂਆਂ ਤਾਂ ਪਹਿਲੇ ਹੀ ਕੱਢਿਆ ਪਿਆ ਦੇਸ਼ ਦਾ ਤੁਸੀਂ ਇਸ ਕਰਕੇ ਇਹਨਾਂ ਨੂੰ ਚੇਤਨਾ ਕਰ ਲਓ ਇਹ ਸੰਘੀ ਨਾ ਨੱਪ ਦੇਣ ਨਾਨੀ ਖਸਮ ਕਰੇ ਦੋ ਤਾਂ ਚੱਟੀ ਭਰੇ ਦੇਸ਼ ਕਗਾਲ ਤੁਸੀਂ ਨਹੀਂ ਕਰਤਾ ਦੇਸ਼ ਤੁਸੀਂ ਕਰਜ਼ਈ ਕੀਤਾ ਤੁਸੀਂ ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੇ ਢਿੱਡ ਭਰਦੇ ਉਹਨਾਂ ਦੇ ਪਰੋਲੇ ਭਰਦੇ ਗਰੀਬਾਂ ਦੇ ਘਰਾਂ ਦੇ ਵਿੱਚ ਜਿਹੜੇ 4-4 ਪੈਸੇ ਬੁਢੀਆਂ ਦੇ ਜਮ੍ਹਾਂ ਪੈਦੇ ਇਹ ਵੀ ਤੁਸੀਂ ਨੋਟਬੰਦੀ ਕਰਕੇ ਘਰਾਂ ਚੋਂ ਕੱਢ ਕੇ ਉਹਨਾਂ ਦੇ ਢਿੱਡਾਂ ਚ ਪਾਦੇ ਤੇ ਸਾਨੂੰ ਹੁਣ ਤੁਸੀਂ ਕਹਿੰਦੇ ਹੋ ਸੱਤਾ ਸਮਝੋ ਉਹ ਤਾਕਤ ਤੱਕ ਆ ਜਾਓ ਬਈ ਉਹ ਇਹਦੇ ਬਣ ਜਾਓ ਉਹ ਸਿੱਖ ਲਓ ਉਹ ਚੇਤਨਾ ਬਣਾ ਲੋ ਤੁਹਾਨੂੰ ਪਤਾ ਲੱਗ ਜਾਵੇ ਵੀ ਬੰਦਾ ਕਰਦਾ ਕੀ ਆ ਬੋਲਣਾ ਕੀ ਆ ਇਹਨੂੰ ਬੋਲਣਾ ਕੀ ਚਾਹੀਦਾ ਤੁਹਾਨੂੰ ਪਤਾ ਲੱਗ ਜਾਵੇ ਵੀ ਹਾਕਮ ਜਮਾਤ ਹੁੰਦੀ ਕੀ ਆ ਇਹਦੀ ਲਟੇਰੀ ਦੀ ਚਾਲ ਕੀ ਹੁੰਦੀ ਆ ਖੇਡ ਕੀ ਆ ਤੁਹਾਨੂੰ ਪਤਾ ਲੱਗ ਜਾਵੇ ਵੀ ਰਾਜ ਕਰੀ ਦਾ ਕਿਵੇਂ ਆ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਗਦਾਰੀ ਕਿਹਦੇ ਨਾਲ ਕਰਦੇ ਨੇ ਇਹ ਦੋਸਤ ਕਿਹਦੇ ਨਾਲ ਦੋਸਤੀ ਕਰਦੇ ਕਿਹਦੇ ਨੇ ਇਹ ਜਿਹੜੀ ਪਾਲਿਸੀ ਲੈਂਦੇ ਆ ਕਿਹੜੀ ਗੱਲ ਵਾਸਤੇ ਆ ਤੁਹਾਨੂੰ ਐ ਪਤਾ ਲੱਗ ਜਾਵੇ ਵੀ 5 ਸਾਲਾਂ ਬਾਅਦ ਇਹ ਸਾਡੇ ਮੰਜੇ ਤੇ ਆ ਕੇ ਬੈਠੇ ਕਿਉਂ ਨੇ 5 ਸਾਲਾਂ ਤੋਂ ਕਿਉਂ ਨਹੀਂ মুখ ਮੂੰਹ ਦਿਖਾਇਆ ਅੱਜ ਚੰਨੀ ਮਾਰੀ ਜਾਂਦਾ ਬੈਠਾ ਕਿ ਪਾਣੀ ਦੇ ਤੁਹਾਡੇ ਸਾਰਿਆਂ ਦੇ ਬਿੱਲ ਮਾਫ ਨਰਮੇ ਵਾਲਿਆਂ ਨੂੰ 15 ਦਿਨ ਹੋ ਗਏ ਬੈਠਿਆਂ ਨੂੰ ਉਹਨਾਂ ਦੇ ਮਾਮ ਜਿਹੜਾ ਐਲਾਨ ਨਹੀਂ ਕਰ ਸਕਿਆ ਪੀਣੀ ਪਾਣੀ ਦੇ ਮਿਲ ਬਿਜਲੀ ਦੇ ਬਿੱਲ ਮਾਫ ਮਾਫੀ ਨੇ ਜਦ ਦੇਣਾ ਹੀ ਨਹੀਂ ਅਸੀਂ ਕਰੀਗਾ ਕੀ ਇਸ ਕਰਕੇ ਭਰਾਵੋ ਗੱਲਾਂ ਇਹ ਨੇ ਵੀ ਗੱਲਾਂ ਕਰਨ ਵਾਲੀਆਂ ਨੇ ਛੋਟੀ ਚੇਤਨਾ ਬਣਨੀ ਇਹ ਗੱਲ ਠੀਕ ਹੈ ਐਸ ਕਾਨੂੰਨਾਂ ਨੇ ਕਾਨੂੰਨ ਲਾਗੂ ਹੋਣ ਨਾ ਹੋਣ ਸਰਕਾਰ ਵਾਪਸ ਲਵੇ ਨਾ ਲਵੇ ਸਾਡਾ ਇਹ ਫੈਸਲਾ ਹੈ ਵੀ ਪੰਜਾਬ ਦੀ ਧਰਤੀ ਤੇ ਦਾ ਇਹ ਕਾਨੂੰਨ ਅਸੀਂ ਵੜਨ ਨਹੀਂ ਦੇਣੇ ਜਿੰਨਾ ਮਰਜੀ ਸਰਕਾਰ ਜੋਰ ਲਾਵੇ ਤੁਸੀਂ ਵਾਪਸ ਲਾਓ ਨਾ ਲੋਕ ਇਕਤਾ ਜਿੰਦਾਬਾਦ 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 ਪਾਠ ਦੇ ਕਿਰਤੀ ਲੋਕਾਂ ਦਾ ਇਕਾ ਜਿੰਦਾਬਾਦ 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 ਕੱਲੀ ਵਈ ਸਾਡੀ ਇੱਥੇ ਗੱਲ ਮੁੱਕਦੀ ਨਹੀਂ ਸਾਡੀ ਤਾਂ ਗੱਲ ਸ਼ੁਰੂ ਹੋਈ ਐ ਅਜ ਤਸੋਤੋ ਸਾਹਿਬ ਪੁੱਛਾਂਗੇ ਵੀ ਤੁਸੀਂ ਵਾਦਾ ਕੀਤਾ ਸੀ ਨਾ ਭਾਈ ਬੇਰਜ਼ਗਾਰ ਮੁੰਡਿਆਂ ਨੂੰ ਰੋਜ਼ਗਾਰ ਦੇਣ ਦਾ 5 ਸਾਲ ਹੋ ਗਏ ਦੱਸੋ ਕਿੱਧਰ ਗਿਆ ਹਿਸਾਬ ਕਿਤਾਬ ਦੇਓ 2500 ਰੁਪਏ ਮੁੰਡਿਆਂ ਨੂੰ ਦੇਣ ਦਾ 5000 ਕਿੰਨਾ ਦੀ ਕੀਤਾ ਬੇਰਜਗਾਰੀ ਪੱਤਾ ਹੈਗਾ ਆ ਬੁੜੀਆਂ ਨੂੰ ਪੈਨਸ਼ਨ ਦੇਣ ਦਾ ਕਿਹਾ ਸੀ ਤੁਸੀਂ 2.5 2500 ਰੁਪਏ ਦੇਤਾ ਕਾਨੂੰਨ ਬਣਾਓ ਸਾਡੇ ਪੱਖ ਦੇ ਕਾਨੂੰਨ ਬਣਾਓ ਰੌਲਾ ਇਹੇ ਪਾਈ ਜਾਂਦੇ ਨੇ ਬੀਐਸਐਫ 50 ਕਿਲੋਮੀਟਰ ਤੱਕ ਹੋ ਗਏ 15 ਕਿਲੋਮੀਟਰ ਤੱਕ ਹੋਵੇ ਇਹ ਤੁਹਾਡਾ ਸਟੇਟ ਦਾ ਰੌਲਾ ਹੈ ਦੇਖ ਲਾਂਗੇ ਜਦੋਂ ਸਾਡੇ ਤੇ ਅਸਰ ਕਰੂਗਾ ਇਹਨਾਂ ਸਰਕਾਰਾਂ ਨੂੰ ਸਵਾਲ ਕਰਕੇ ਇੱਥੋਂ ਬੰਨ ਮਾਰਿਆ ਪਾਣੀ ਬੰਨ ਮਾਰਿਆ ਮੁਰਦਾ ਹੁੰਦਾ ਮੁਰਕੇ ਫੇਰ ਜਾ ਕੇ ਚੜਦਾ ਹੁੰਦਾ ਵਾਪਸ ਜਾਂਦਾ ਹੁੰਦਾ ਪਾਣੀ ਕਦੇ ਕਿਸੇ ਦੀ ਕਿਸੇ ਤੇ ਮੇਰ ਨਹੀਂ ਕਰਦਾ ਹੁੰਦਾ ਬਾਈ ਜੇ ਉਹ ਸੰਭ ਸਾਮ ਲਿਆ ਤਾਂ ਪਾਣੀ ਥੋਡੇ ਇਸ਼ਾਰੇ ਤੇ ਨੱਚੂਗਾ ਜੇ ਉਹ ਨਾ ਸਾਮਿਆ ਤਾਂ ਤੁਹਾਨੂੰ ਤਬਾਹ ਕਰ ਦੂਗਾ ਬਰਬਾਦ ਕਰ ਦੂਗਾ ਇਹੀ ਹਾਲ ਸਰਕਾਰਾਂ ਦਾ ਹੈ ਇਹੀ ਹਾਲ ਇਹਨਾਂ ਦੀਆਂ ਪਾਲਸੀਆਂ ਦਾ ਜੇ ਵਿਰੋਧ ਕਰਕੇ ਲੜਨ ਵਾਸਤੇ ਤਿਆਰ ਹੋਗੇ ਤਾਂ ਪੱਜ ਜਿੱਤ ਕੇ ਜਾਵਾਂਗੇ ਜੇ ਬਾਈ ਗਰਦਨਾ ਨੀਵੀਆਂ ਕਰਕੇ ਇਹਨਾਂ ਦੇ ਕਾਨੂੰਨਾਂ ਨੂੰ ਐਂ ਮੰਨਦੇ ਰਹੇ ਤਾਂ ਇਹਨਾਂ ਨੇ ਆਪਣੇ ਕੋਲੋਂ ਬਹੁਤ ਕੁਝ ਲੁੱਟ ਲਿਆ ਤੇ ਰਹਿੰਦਾ ਮਾਲ ਇਹਨਾਂ ਨੇ ਲੁੱਟ ਲੈਣਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਠੰਮੇ ਨਾਲ ਬੈਠੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਨੂੰ ਜਾਣਾ ਜ਼ਰੂਰੀ ਕਾ ਮੈਂ ਜਾਣ ਦਿਓ ਕੋਈ ਗੱਲ ਨਹੀਂ ਮੈਂ ਬੜਾ ਟਮੈ ਸਮਾ ਨਹੀਂ ਲਾਉਣਾ ਇਸ ਕਰਕੇ ਤੁਸੀਂ ਜਿਵੇਂ ਹੁਣ ਆਏ ਹੋ ਕੰਮ ਦਾ ਜੋਰ ਹੈ ਝੋਨਾ ਬਰਸਾਤ ਹੋ ਗਈ ਝੋਨਾ ਥੋੜਾ ਜਿਹਾ ਲੇਟ ਹੋ ਗਿਆ ਬਜਾਈ ਵੀ ਸ਼ੁਰੂ ਹੋਣੀ ਹੈ ਇਹ ਵਿਆਹਾਂ ਦਾ ਵੀ ਸੀਜ਼ਨ ਹੈ ਇਹ 15 ਦਿਨ ਤੱਕ ਤੁਹਾਨੂੰ ਥੋੜੀ ਜਿਹੀ ਦਿੱਕਤ ਆਊਗੀ ਜਿਵੇਂ ਤੁਸੀਂ ਹੁਣ ਆਏ ਹੋ ਐ ਸ਼ਿਫਟ ਨੇ ਬਦਲਣਾ ਅਗਲੀ ਸ਼ਿਫਟ ਤੁਹਾਨੂੰ ਉਧਰੋਂ ਤਿਆਰ ਹੋ ਕੇ ਆਉਣੀ ਹੈ ਤੇ ਇਸੇ ਤਰ੍ਹਾਂ ਜਿਹੜੀ ਮੋਰਚਾਂ ਦੀ ਰੌਣਕ ਹੈ ਇਸ ਨੂੰ ਸੁੰਨੀ ਨਾ ਹੋਣ ਦਿਓ ਹੁਣ ਕਿਹਾ ਜਾ ਸਕਦਾ ਹੈ ਵੀ ਇਸ ਵੇਲੇ ਜਿਹੜੀ ਮੈਦਾਨ ਦੇ ਵਿੱਚ ਹੈ ਸਾਡੀ ਪੱਕੀ ਫੋਰਸ ਹੈ ਜੇ ਪੱਕੀ ਫੋਰਸ ਮੈਦਾਨ ਚ ਖੜੀ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਡਿਸਪਲਿਨ ਨੂੰ ਲਾਗੂ ਕਰਨ ਚ ਕਾਮਯਾਬ ਹੋਊ ਜੇ ਡਿਸਪਲਿਨ ਲਾਗੂ ਕਰਦਿਆਂ ਸਰਕਾਰ ਦੇ ਹਰੇਕ ਸਵਾਲ ਦਾ ਆਪਣੇ ਕੋਲੇ ਜਵਾਬ ਹੈ ਕਿਹਾ ਜਾ ਰਿਹਾ ਸਵਾਲ ਕਰਦੇ ਵੇ ਸਰਕਾਰ ਹਰ ਗੱਲ ਦਾ ਜਵਾਬ ਸਾਡੇ ਕੋਲੇ ਹੈ ਬਥੇਰੇ ਉਹਨਾਂ ਨੇ ਅਟੈਕ ਕੀਤੇ ਨੇ ਬਥੇਰੇ ਉਹਨਾਂ ਨੇ ਹਮਲੇ ਕੀਤੇ ਨੇ ਬਥੇਰਾ ਇਸ ਮੋਰਚੇ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਹੈ ਬਥੇਰਾ ਨੂੰ ਖੜਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਚਲਾਉਣੇ ਹੋਰ ਚੱਲਿਆਵੇਂ ਹੋਰ ਚੱਲਣਗੇ ਇਸੇ ਤਰ੍ਹਾਂ ਕਹਿਬਰ ਹੋ ਬਰਕਰਾਰ ਰਹੋ ਹੌਸਲੇ ਨਾਲ ਆਉਂਦੇ ਰਹੋ ਭਾਈਚਾਰਾ ਕਾਇਮ ਰੱਖੋ ਗਲਤ ਬੰਦਿਆਂ ਦੀ ਪਛਾਣ ਕਰੋ ਪਹਿਰੇਦਾਰੀ ਕਰਦੇ ਰਹੋ ਛੋਡੇ ਕੈਂਪਾਂ ਦੇ ਵਿੱਚ ਛੋਡਾ ਕੋਈ ਵੀ ਮੁੰਡਾ ਸ਼ਾਮ ਨੂੰ ਕੋਈ ਸ਼ਰਾਬ ਵਰੂਪੀ ਪੀ ਕੇ ਕੋਈ ਟ੍ਰੈਪ ਪੰਜਾਮ ਕਰਦਾ ਹੈ ਜਾਂ ਕੋਈ ਹਰਕਤ ਕਰਦਾ ਹੈ ਕੋਈ ਰੋਕਦਾ ਸੋਨੂੰ ਲੱਗਦਾ ਹੈ ਵੀ ਯਾਰ ਆਹ ਗਲਤ ਹੋ ਰਿਹਾ ਹੈ ਤੁਸੀਂ ਆਪ ਦੋ ਜਣੇ ਸਿਆਣੇ ਬੰਦੇ ਇਕੱਠੇ ਹੋ ਕੇ ਉਹਨਾਂ ਨੂੰ ਸਮਝਾ ਕੇ ਉਹ ਕਾਕਾ ਹੀ ਨਹੀਂ ਕਰੀਦਾ ਹੁੰਦਾ ਬੱਚੇ ਨੇ ਕਈ ਵਾਰੀ ਜੋਸ਼ ਆ ਜਾਂਦਾ ਹੈ ਕਈ ਦਾ ਤਾਂ ਨਾਰਾ ਹੀ ਉਦੋਂ ਵੱਜਦਾ ਜਦੋਂ ਮੂੰਹ ਤੇ ਮੜੀ-ਮੁੱਟੀ ਲੱਗੀ ਹੁੰਦੀ ਹੈ ਨਹੀਂ ਤਾਂ ਨਾਰੇ ਨਹੀਂ ਮਾਰ ਸਕਦੇ ਉਹ ਇਸ ਕਰਕੇ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਸਮਝਾਓ ਤੇ ਲੜਦੇ ਰਹੋ ਫਿਕਰ ਨਾ ਕਰੋ ਬਾਈ ਦਿੱਲੀ ਵਾਲੀ ਦੂਰਨੀ ਜਿੱਤ ਕੇ ਬੁਣਾਗੇ ਤੁਹਾਡਾ ਬਹੁਤ ਬਹੁਤ ਧੰਨਵਾਦ